ਅਸਲਾਮ ਅਲੈਕਮ ਗਾਇਜ਼ ਤੇ ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ। ਅੱਜ ਅਸੀਂ ਜਾ ਰਹੇ ਹਾਂ ਮੇਲੇ ਚਾਂਬੜਿਆਲ ਦੇ, ਤੇ ਤੁਹਾਨੂੰ ਸਾਰਿਆਂ ਨੂੰ ਪਤਾ ਬੜੀ ਮਸ਼ਹੂਰ ਮੇਲਾ। ਵਿਦ ਮਾਈ ਬ੍ਰਦਰ ਐਂਡ ਆਲਸੋ ਨੋ ਯੂ ਨੋ ਹਮਜ਼ਾ ਬੋਏ ਐਂਡ ਇਸ ਯੂਰ ਬੋਏ। ਏ ਫਿਊ ਮੋਮੈਂਟਸ ਲੇਟਰ ਫਸਟ ਟਾਈਮ ਇਨ ਮੇਲਾ ਐਂਡ ਬਸਿਸ ਸਮਝ ਰਹੇ ਨਾ ਆਪ, ਲੇਕਿਨ ਸੁਣ ਕੇ ਅੱਛਾ ਲੱਗਾ। ਸਪੈਸ਼ਲ ਉਮਰ ਦੇ ਕਹਿੰਦੇ ਅਸੀਂ ਆ ਚੁੱਕੇ ਝੂਲੇ ਦੇ, ਝੂਲੇ ਕਿਹੜੇ ਵੈਸੇ ਟ੍ਰੇਨ, ਅਸੀਂ ਆ ਚੁੱਕੇ ਝੂਲੇ ਦੇ ਟ੍ਰੇਨ ਵਾਲੇ ਦੇ, ਇਹ ਥੱਲੇ ਸਾਡੇ ਨੂੰ ਸਹੀ ਬੈਠਾ। ਮਰਨਾ ਤੇਰੇ ਕੋ ਡਰ ਨਹੀਂ ਲੱਗਤਾ? ਕਸ਼ਤੀ ਹੋ ਗਿਆ ਜੀ ਸਟਾਰਟ, ਅਭੀ ਮਜ਼ਾ ਆਏਗਾ ਨਾ ਭਿੜੋ। ਮੇਰੇ ਕੋ ਤਾਂ ਐਸਾ ਧੱਕ ਧੱਕ ਹੋ ਰਿਹਾ ਹੈ, ਮੇਰੇ ਕੋ ਵੀ ਹੋ ਰਿਹਾ, ਦੇਖੀ ਟੂਟ ਗਈ। ਬਾਬਾ ਜੀ ਅਸੀਂ ਅੱਜ ਜਿਵੇਂ ਮੇਲੇ ਤੋਂ ਬਾਹਰ ਮੇਲਾ ਗਿਆ ਮੁੱਖ ਤੁਹਾਡਾ, ਹੁਣ ਆਪਾਂ ਜਾ ਰਹੇ ਹਾਂ ਕੇਂਗੜੇ ਨਵੇਂ। ਆਵਾਮ ਜਾ ਰਹੀ ਹੈ ਪਿੱਛੇ ਟਰੈਲੀਆਂ 'ਤੇ ਲੱਭਣ ਡੀ ਹੈ ਤੁਹਾਨੂੰ, ਹੁਣ ਆਵਾਮ ਨੇ ਮੂੰਹ ਰੱਖ ਲਿਆ ਆਪਣੇ ਪਿੰਡਾਂ ਨੂੰ, ਅਸੀਂ ਆਪ ਜਾ ਰਹੇ ਹਾਂ ਪਹਿਲਾਂ ਫਿਲਹਾਲ ਕੇਂਗੜੇ। ਕੌਣ ਆ ਰਿਹਾ, ਤੂੰ ਟੈਨਸ਼ਨ ਨਹੀਂ ਲੈ। ਮਜ਼ੇ ਲੈ ਰਹੇ ਹਾਂ, ਮੇਲਾ ਲੁੱਟ ਲਓ। ਮੇਲੇ ਦੇ ਸ਼ੁਕਰ ਮੇਲੇ ਤੋਂ ਬਾਅਦ ਅਸੀਂ ਆ ਗਏ ਨਹਾਉਣ ਸਵਿਮਿੰਗ ਪੂਲ 'ਤੇ ਐਂਡ ਇੰਜੋਏ ਗਰਮੀ ਅਤੇ ਬਹੁਤ ਮਜ਼ਾ ਇੱਥੇ ਬਾਹਰ ਦੇਖ ਸਕਦੇ ਹੋ ਤੁਸੀਂ। ਪਿੱਛੇ ਕਿੰਗੜੇ ਅਸਾਂ ਇਸ ਟਾਈਮ ਮੌਜੂਦ ਹਾਂ, ਸਿਕਸ ਪੈਕ ਮੇਰੇ ਤੁਸੀਂ ਚੈੱਕ ਕਰ ਸਕਦੇ ਹੋ। ਹਗਦੀਆ ਅੱਜ ਦੇ ਵਲੌਗ ਕਰਦੇ ਅਸੀਂ ਐਂਡ, ਕਿਉਂਕਿ ਅੱਜ ਗਰਮੀ ਬਹੁਤ ਜ਼ਿਆਦਾ ਸੀ, ਸਵਿਮਿੰਗ ਪੂਲ ਮੇਲਾ ਐਂਡ ਬੰਬੀ ਨਲਕਾ, ਅਸੀਂ ਕੋਈ ਸ਼ਹਿਰ ਛੱਡੀ ਜਿੱਥੇ ਨਹੀਂ ਨਹਾਤੇ। ਗਰਮੀ ਨੇ ਖੋਤਿਆਂ ਦਾ ਕੀ ਹਾਲ ਕਰਦਾ, ਤੇ ਇਸ ਟਾਈਮ ਅਸੀਂ ਪਿੰਡ ਪਹੁੰਚ ਚੁੱਕੇ ਹਾਂ ਅਤੇ ਵਲੌਗ ਦਾ ਕਰਦੇ ਐਂਡ, ਅਤੇ ਦੇਖ ਕੇ ਜ਼ਰੂਰ ਦੱਸਣਾ ਕਿੱਦਾਂ ਦਾ ਲੱਗਾ ਅੱਜ ਦਾ ਵਲੌਗ, ਸ਼ਾਰਟ ਹੋਏਗਾ ਅਤੇ ਮਜ਼ਾ ਵੀ ਜ਼ਰੂਰ ਆਏਗਾ ਇਨਸ਼ਾਅੱਲਾ। ਯੂ ਮੇਕ ਸਬਸਕ੍ਰਾਈਬ।